ਸਰਦਾਰ ਹਰਬੰਸ ਸਿੰਘ ਸਣਫ ਸਰਦਾਰ ਭਾਗ ਸਿੰਘ ਦਰਜੀ ਸਿੱਖ ਉਹ ਆਪਦਾ ਸਟੇਜ ਤੇ ਜਾ ਕੇ ਸਨਮਾਨ ਚਿੰਨ੍ਹ ਲੈ ਲੈਣ। ਉਹਨਾਂ ਦੇ ਘਰ ਦਾ ਕੋਈ ਵੀ ਮੈਂਬਰ ਇੱਥੇ ਮੌਜੂਦ ਆ ਤਾਂ ਸਰਦਾਰ ਹਰਬੰਸ ਸਿੰਘ ਸਣਫ ਸਰਦਾਰ ਭਾਗ ਸਿੰਘ ਦਰਜੀ ਸਿੱਖ ਉਹ ਸਟੇਜ ਤੇ ਜਾ ਕੇ ਆਪਦਾ ਸਨਮਾਨ ਚਿੰਨ੍ਹ ਲੈ ਲੈਣ। ਤੇ ਸਰਦਾਰ ਜਗਤਾਰ ਸਿੰਘ ਸਣਫ ਸਰਦਾਰ ਜੀਤ ਸਿੰਘ ਇਹ ਵੀ ਸਟੇਜ ਤੇ ਆ ਕੇ ਆਪਦਾ ਸਨਮਾਨ ਚਿੰਨ੍ਹ ਲੈ ਲੈਣ। ਜਗਤਾਰ ਸਿੰਘ ਸਣਫ ਸਰਦਾਰ ਜੀਤ ਸਿੰਘ ਬਾਜੀ ਟੀਮਾਂ ਦੋਹੋਂ ਜਲਦੀ ਪਹੁੰਚ ਜਾਣ ਸਾਧਾਂ ਵਾਲਾ ਤੇ ਚੰਡਿਆਣਾ। ਇਹਨਾਂ ਦਾ ਮੈਚ ਹੈ ਕਬੱਡੀ 70 ਕਿਲੋ ਦਾ। ਸਾਡੀ ਬੇਨਤੀ ਹੈ ਦੋਹੋਂ ਟੀਮਾਂ ਦੇ ਖਿਡਾਰੀਆਂ ਨੂੰ, ਜੇਕਰ ਉਹਨਾਂ ਨੇ ਮੈਚ ਖੇਡਣਾ ਤਾਂ ਵੀ ਦੱਸ ਦੇਣ, ਜੇ ਨਹੀਂ ਖੇਡਣਾ ਤਾਂ ਵੀ ਗਰਾਊਂਡ 'ਚ ਰਿਪੋਰਟ ਕਰਨ, ਨਹੀਂ ਉਹ ਦੋਹੋਂ ਟੀਮਾਂ ਕੱਟੀਆਂ ਜਾਣਗੀਆਂ। ਜੈ ਸਿੰਘ ਵਾਲਾ ਤੇ ਸਾਧਾਂ ਵਾਲਾ, ਸੋਰੀ ਜੈ ਸਿੰਘ ਵਾਲਾ ਤੇ ਮੱਲਿਆਣਾ, ਇਹ ਵੀ ਟੀਮਾਂ ਗਰਾਊਂਡ 'ਚ ਆਉਣ। ਜੈ ਸਿੰਘ ਵਾਲਾ ਤੇ ਮੱਲਿਆਣੇ ਦੀਆਂ ਟੀਮਾਂ ਵੀ ਖਿਡਾਰੀ ਗਰਾਊਂਡ ਦੇ ਵਿੱਚ ਪਹੁੰਚ ਜਾਣ, ਸਾਧਾਂ ਵਾਲਾ ਤੇ ਚੰਡਿਆਣਾ। ਬਾਜੀ ਜਲਦੀ ਆ ਜਾਓ ਖਿਡਾਰੀਓ। ਸਰਦਾਰ ਗੁਰਨੈਲ ਸਿੰਘ ਸਣਫ ਸਰਦਾਰ ਸਾਹੂ ਸਿੰਘ ਜਿਨ੍ਹਾਂ ਨੇ ਸਾਨੂੰ 1100 ਦਾ ਸਹਿਯੋਗ ਦਿੱਤਾ, ਇਹਨਾਂ ਦੇ ਘਰ ਦਾ ਕੋਈ ਵੀ ਮੈਂਬਰ ਇੱਥੇ ਮੌਜੂਦ ਆ ਤਾਂ ਉਹ ਸਟੇਜ ਤੋਂ ਆ ਕੇ ਆਪਦਾ ਸਨਮਾਨ ਚਿੰਨ੍ਹ ਲੈ ਲੈਣਾ। ਸਰਦਾਰ ਗੁਰਨੈਲ ਸਿੰਘ ਸਣਫ ਸਰਦਾਰ ਸਾਧੂ ਸਿੰਘ ਇਹਨਾਂ ਦੇ ਘਰ ਦਾ ਕੋਈ ਵੀ ਮੈਂਬਰ ਇੱਥੇ ਮੌਜੂਦ ਆ ਤਾਂ ਉਹ ਸਟੇਜ ਤੋਂ ਆ ਕੇ ਆਪਣਾ ਸਨਮਾਨ ਚਿੰਨ੍ਹ ਲੈ ਲੈਣਾ। ਚੰਡਿਆਣਾ ਪੱਛਮੀ ਤੇ ਸਾਧਾਂ ਵਾਲਾ ਇਹ ਦੋਹੋਂ ਟੀਮਾਂ ਦਾ ਮੈਚ ਹੈ। ਸਾਧਾਂ ਵਾਲਾ ਦੀ ਟੀਮ ਗਰਾਊਂਡ 'ਚ ਪਹੁੰਚ ਚੁੱਕੀ ਆ ਤੇ ਝੰਡਿਆਣੇ ਨੂੰ ਬੇਨਤੀ ਕਿ ਅੱਧੇ ਮਿੰਟ ਦੇ ਵਿੱਚ ਮੇਰਾ ਵੀਰ ਗਰਾਊਂਡ ਦੇ ਵਿੱਚ ਐਂਟਰ ਹੋ ਜਾਣ। ਝੰਡਿਆਣੇ ਕੋਲ ਸਿਰਫ ਅੱਧਾ ਮਿੰਟ ਆ, ਉਹਨਾਂ ਨੂੰ 2 ਮਿੰਟ ਦਾ ਟਾਈਮ ਦਿੱਤਾ ਸੀ ਤੇ ਅੱਧਾ ਮਿੰਟ ਉਹਨਾਂ ਦਾ ਰਹਿ ਗਿਆ ਤੇ ਮੇਰਾ ਵੀਰ ਅੱਧੇ ਮਿੰਟ ਦੇ ਵਿੱਚ ਗਰਾਊਂਡ 'ਚ ਪਹੁੰਚਣ। ਜੋ ਓਪਨ ਦੀ ਕੋਈ ਵੀ ਟੀਮ ਇੱਥੇ ਪਹੁੰਚੀ ਆ ਤਾਂ ਸਾਡੇ ਕੋਲ ਸਟੇਜ ਤੇ ਆ ਕੇ ਐਂਟਰ ਹੋ ਜੇ। ਓਪਨ ਦੀ ਕੋਈ ਵੀ ਟੀਮ ਪਹੁੰਚੀ ਆ ਤਾਂ ਜਿਨ੍ਹਾਂ ਨੇ ਸਾਨੂੰ 1100 ਰੁਪਏ ਦਾ ਸਨਮਾਨ ਦਿੱਤਾ, ਸਰਦਾਰ ਕਰਮ ਸਿੰਘ ਸਣਫ ਸਰਦਾਰ ਬੋਗਾ ਸਿੰਘ ਫੌਜੀ ਉਹ ਆਪਣਾ ਮੰਨ ਲਓ ਸਨਮਾਨ ਚਿੰਨ੍ਹ ਲੈ ਜਾਣ ਸਟੇਜ ਤੋਂ ਆ ਕੇ। ਸਰਦਾਰ ਕਰਮ ਸਿੰਘ ਸਣਫ ਸਰਦਾਰ ਬੋਗਾ ਸਿੰਘ ਫੌਜੀ ਹਾਂਜੀ ਸਕੋਰ ਕੀਪਰ ਨੋਟ ਕਰਨ 15.5-16। ਸਾਢੇ 15-16 ਦਾ ਮੈਚ ਹੈ ਜੀ। ਸਾਧਾਂ ਵਾਲਾ ਤੇ ਚੰਡਿਆਣਾ ਦੋਹੋਂ ਟੀਮਾਂ ਦੇ ਖਿਡਾਰੀ ਆ ਕੇ ਬਾਜੀ ਆਪਣਾ ਮੈਚ ਸ਼ੁਰੂ ਕਰ ਲੈਣ। ਟੀਮਾਂ ਪੁੱਜ ਚੁੱਕੀਆਂ ਸੈਂਟਰ ਲਾਈਨ ਤੇ ਆ ਜਾਣ। ਸਾਧਾਂ ਵਾਲੀ ਟੀਮ ਪਹਿਲਾਂ ਗਰਾਊਂਡ ਦੇ ਵਿੱਚ ਪੁੱਜੀ, ਇਹਨਾਂ ਦੀ ਕਬੱਡੀ ਹੋਵੇਗੀ। ਚੰਡਿਆਣਾ ਤੇ ਸਾਧਾਂ ਵਾਲੇ ਦਾ ਮੈਚ, ਅਗਲਾ ਮੈਚ ਮੱਲਿਆਣਾ ਤੇ ਜੈ ਸਿੰਘ ਵਾਲਾ। ਇਹ ਵੀ ਟੀਮਾਂ ਤਿਆਰੀ ਖਿੱਚ ਕੇ ਐਂਟਰੀ ਗੇਟ ਦੇ ਲਾਗੇ ਪੁੱਜਣ, ਜੈ ਸਿੰਘ ਵਾਲਾ ਤੇ ਮੱਲਿਆਣਾ। ਚੰਡਿਆਣਾ ਤੇ ਸਾਧਾਂ ਵਾਲੇ ਦਾ ਜੋ ਮੈਚ ਖੇਡਿਆ ਜਾਣਾ ਖੇਡ ਮੈਦਾਨ ਦੇ ਵਿੱਚ, ਇਸ ਤੋਂ ਅਗਲੇ ਮੈਚ ਦੀਆਂ ਦੋਹੋਂ ਟੀਮਾਂ ਜੈ ਸਿੰਘ ਵਾਲਾ ਤੇ ਮੱਲਿਆਣਾ ਇਹ ਖਿਡਾਰੀ ਗਰਾਊਂਡ 'ਚ ਪਹੁੰਚ ਜਾਣ ਅਗਲੇ ਮੈਚ ਲਈ। ਜੈ ਸਿੰਘ ਵਾਲਾ ਤੇ ਮੱਲਿਆਣੇ ਦੀਆਂ ਟੀਮਾਂ ਤਿਆਰੀ ਖਿੱਚ ਕੇ ਗਰਾਊਂਡ ਦੇ ਲਾਗੇ ਆ ਜਾਣ। ਚੰਡਿਆਣਾ ਤੇ ਸਾਧਾਂ ਵਾਲੇ ਦਾ ਮੈਚ,
हां जी मल्ले आना ते जैस सिंह वाला अगले मैच ले टीम में तैयारी खिंच के ग्राउंड दे लागे आउन चंडियाने दी टीम जो इधर चढ़ते वाली सैर चली गई है। हाँ जी एक कोई भी खिडारी जेड़ा चिकनाई लागे शरीर दे उत्ते ना आवे जे कोई इस तरीके नाल आउंदा तां उहनूं बाहर कर दिता जाऊगा। कोई भी खिडारी चिकनाई वाली चीज कोई वैसलीन वगैरह आपके शरीर से ला के ग्राउंड दे विच एंटर होने की कोशिश ना करे। लो चंडियाने की जी टीम है चढ़ते वाली साइड है ते स्कूल वाले पासे साधा वाले पिंड की टीम है दोहो टीम का मैच खेडिया जा रहा है। दोहो टीम के रेडर से जोड़े एक्सट्रा खिलाड़ी है बॉक्सा में चले जा जोड़ा खिलाड़ी बॉक्स के बहर होगा उस टीम पॉइंट कट्टा जाएगा। जो निजम ने खेड मैदान के उस सब वास्ते एक हो सब से लागू है। लो साधा वाले की टीम का दीप ते खान बद्दोवाल दा मेरे वीरो देखदे वी तगड़ा जाफी है जिन्हें बद्दोवाल के खेड़ मेले ते मोटरसाइकिल जितया है बेस्ट जाफी का खिताब खान ते असत पहली कबड्डी ते पहला जफा लाने की कोशिश की नौजवान ने ते पॉइंट दीप साधा वाले दा अपनी टीम दे हिस्से जुड़ चुके हैं। चल चंडियाली गभरू पाक कबड्डी पहला ते अंतम फैसला जो भी है वह रैफरी का ही मनिया जाएगा। कोई भी खिडारी रैफरी के नाल किंतु परंतु बिल्कुल ही ना करे क्योंकि रैफरी का फैसला ना बदलने योग है। लो चंडियाले की टीम का अमनदीप सिंह अमना कबड्डी पा रहा फैसला है। बाबा जी होना भी जो डबल टच हो चुके है ते पॉइंट चंडियाले के हिस्से जुड़ता हुआ। राजविंदर साधा वाले की टीम का नौजवान धावी इस वक्त सामने कबड्डी पा रहा चार जाफी है चंडियाले पिंड के गवांढी पिंड है। लो सामने दूसरे पासे फिर खुच भरी हुई नौजवान ने ते जफा लाने की कीती हुई कोशिश खुच पटनी ते बड़ी औखी हुंदी है कबड्डी विच लाउणी। ताक मित्रो दा मेहनतां दे नाल सब लगते ने खा के खुराक मित्रो अज तकरीकां दे खाद खुराकां दे मुल पैणगे। खुकराने की इस इतिहासक ग्राउंड दे विच अमनदीप अमना चंडियाले की टीम का लो अगलेरी कबड्डी पहुंच लिया विरोधियों के वेड़े चार जाफी साधा वाले निर्मल साधा वाले का पिंड है देखते भी फरीदकोट जिले का मशहूर नगर दूसरे पासे मोगे जिले का मशहूर पिंड है चंडियाना सरपंच गुरलाभ सिंह होना का पिंड है। लाओ देखते भी चार जाफी साधा वाले की टीम इतों अगला मैच है मल्याना ते जय सिंह वाला। मेरा भीर पांच मिनट के बैच बैच कपड़े ला के ग्राउंड च आ जाओ टीम जय सिंह वाला। चंडियाना ते साधा वाले का जो मैच खेडिया जा रहा है अगला मैच मल्लेयाना ते जय सिंह वाला ते दोहो टीम प्लेयर तैयारी खिंच के ग्राउंड के लागे आ जाण। दीप साधा वाले की टीम का नौजवान खिडारी सामने कबड्डी पा रहा है शीशे अगे छाती नूं हरेक तणदा है भी घर विच दारा से हरेक बणदा है जदों पैंदा है मैदान विच वाह जोधिया ते फिर लैंदे ने बगाने पुत ढा जोधिया चाहदी कलाम जिहड़े लंघे आ जिहड़े ते टेलीकास्ट कर रहे आ पंजाब लाइव डॉट वन वाले ओह बाहरों सानूं शिकायत मिल रही आ भी जिहड़ा मैच आ लगातार वेखण दे विच उहनां नूं प्रॉब्लम आ रही है। सो बाहरों सानूं फोन आ रहे आ भी इहनूं वधिया ढंग नाल चलाया जावे। साधा वाला ते चंडियाले दीआं दोहो टीमां दा इह मैच खेडिया जा रहा है। जिहड़े भी आ लाइव टैलीकास्ट कर रहे आ नैट दे उत्ते इन्हां नूं बेनती आ भी इह जिहड़ा मैच आ इह वधिया तरीके दे नाल टैलीकास्ट करन क्योंकि जिहड़े साडे एन आर आई वीर बाहर बैठे आ उहनां नूं मैच वेखण दे विच प्रॉब्लम आ रही आ सो इह आपदा सिस्टम ठीक करन जी। जय सिंह वाला ते मल्लेयाना दा जो अगला मैच होना है कबड्डी 70 किलो दा जय सिंह वाला ते मल्लेयाने दीआं टीमां भाई झंडियाने दे चलांगा तो हीरा जिन्ने भी जप्पे लाउणगे बीता कबड्डी खिडारी वल्लों हरेक जप्पे ते उहनां नूं 100 रुपए दा इनाम आ जिन्ने भी जप्पे लाउणगे खुकराने दा बीता कबड्डी खिडारी उहनां नूं 100-100 रुपए नाल सन्मानित करूगा। बहुत धन्नवाद इहनां दा। चंडियाना ते साधा वाले का जो मैच खेडिया दोहो टीमां दा अमरजीत सिंह चंडियाने की टीम का रेडर सामने कबड्डी पा रहा है चार जाफी बाद दूसरे पासे गल कसूती होगी ते डकन की कोशिश करता है ये नौजवान पॉइंट चंडियाने के हिस्से जुड़ चुके हैं। हेलो सानू 1100 का जिन्हें सन्मानित किया सरदार जगरूप सिंह सानू सरदार तेजा सिंह खेतां वाले
उन्होंने घर का कोई भी मैंबर इतने आ तो स्टेज तो आके आपका सन्मान चैन लै जाना सरदार जगरूप सिंह साणा सरदार तेजा सिंह खेतां वाले दीप साधां वाले का नौजवान खिडारी सामने कबड्डी पा रहा सख्त दूसरे बन्ने फिर टच हो चुके हैं देखते भी बदोवाल का नौजवान डकन की कोशिश करता होया पॉइंट रेडर के हिस्से जुड़ चुके हैं चल भी अमनदीप सिंह पक कबड्डी टोटी का मैच कबड्डी 70 किलो वर्ग का मुंडे कबड्डी खेडन पे खेडन खारिया आके तेरे दगदे शेरां दे रखदे डौलियां नूं लिशका के दुनिया पहुंची जांदी है दूरों नेड़े हुम हमा के हुण सिख फस गए कुंडियां दे मित्रों बहजो गोडी ला के लाओ चंडियां ने वलों कबड्डी दूसरे पासे साधा वाली टीम का यह जाफी कोशिश करता डकन की देखते भी पॉइंट बच के मेरे वीर पॉइंट रेडर के हिस्से जुड़ चुके हैं पॉइंट चंडियाने की टीम का राजविंदर साधा वाले पिंड का नौजवान खिलाड़ी अगली कबड्डी पाउंदा होया जय सिंह वाला ते मल्ले वाले दीआं टीमां तैयारी खिच के ग्राउंड दे लागे पुजाण जय सिंह वाला ते मल्ले वाले दा इस तो अगला मैच खेडा जाणा है लाओ राजविंदर सिंह साधा वाले दी टीम दा खिलाड़ी कबड्डी पा रहा है दूसरे पासे चंडियाणियां डकन दी कोशिश करदा है ते पॉइंट इदो अगला मैच मल्ले वाले दा ते जय सिंह वाला धूरकोट वाइस थम्मण वाला रसूलपुर घलकला करमित्ती वाइस खुगराणा ए मेरा भीर सारे आपदे तैयार बोर तैयार रहन जय सिंह वाला ते मल्ले आने दा इस तो अगला मैच होना है ते टीमां तैयारी खिच के ग्राउंड दे पुजण बस सामने फिर अमरजीत सिंह चंडियाने दी टीम दा खिडारी कबड्डी पा रहा है दूसरे बन्ने जाफी इसादा वाले पिंड दा किथे आके करमा ने दित्ती हार वे घड़िया चनाचो मैनू ला दे पार वे चोटी का मैच दोहो टीमों का खेडा जा रहा है लो खेड मैदान दे विच दीप साधा वाले दी टीम का खिडारी सामने कबड्डी 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 करता होया खेडा विचों खेड कबड्डी शान पंजाबियों की इस विच ही वसदी लोको जान पंजाबियों की ते विच मैदान ते भिड़ना हुंदा है कम दलेरां दा खेड कबड्डी खेडना शौक पंजाबी शेरां दा लो सामने मुकाबला दोहों खिडारियों का ऐसा तो लग्या होया अड्डी चोटी वाला जोर ते 30 सकिंटां दे विच समय दे फैसले होणगे इस पॉइंट दे ते पॉइंट है जाफी दे हिस्से जुड़ चुके है और पॉइंट चंडियाने दी टीम दा अमनदीप सिंह पाक कबड्डी लाओ दोहों टीमों के दरम्यान मुकाबला अज पंजाबियों की मां खेड कबड्डी दे करते मालवे का मशहूर पिंड खुखराणा मेरे वीरियो पंजवां यह शानदार कबड्डी का खेड मेला समुचे नगर के संयोग नाल साडे बहुत ही सत्कारयोग ने सरदार अजैब सिंह जी जिन्होंने अगले साल 51,000 दिन का ऐलान करवा दिता है सरदार गुरतेज सिंह जी 51,000 ही इन्हों वालों दिता जाना है टूरनामेंट कमेटी लई बग्गे नूं बीते वालों 200 रुपए का स्पैशल नाम आया जो मैच खत्म होने तो बाद लै जावे बग्गा लो सामने राजविंदर कबड्डी पा रहा साधा वाले की टीम का एक खिडारी दूसरे बन्ने फड़िया हुआ गुट गुट नूं फड़ के सिख लो पकड़ बनाउणी लत्तां दी मुंडियो डंड बैठकां ला लो कौडी बन गई लखां दी मुकाबला दो खिडारियों का देखते भी कोशिश की जा रही है नौजवान खिडारी वालों भजन की दूसरे बन्ने जाफी टकना चाहुंदा है मुकाबला दो खिडारियों के दरम्यान खेड मैदानां दे विच लग्या हुआ जोर यह फस्ट आउट का फैसला हो चुका है भी जाफी दे हिस्से जुड़ता होया अमरजीत सिंह पाक कबड्डी चंडियाणा ते साधा वाले दीआं टीमां दा जो मुकाबला खेडिया जा रहा है जय सिंह ते मल्ले वाले दीआं टीमां नूं मेरी बेनती है खिडारी तैयारी खिच के एंट्री गेट दे लागे पुजाण जय सिंह वाला ते मल्ले वाला जो इस तो अगला मैच होना है अमरजीत चंडियाणे दी टीम दा नौजवान कबड्डी पा रहा है दूसरे बन्ने फड़िया होया गुट रेडर दे लई पा जरूरी जाफी दे हत्थ पक्के तकड़ा जाफी ओही हुंदा है जो उड़दी रेड नूं नप्पे तकड़ा जाफी ओही मन्निए जो उड़दी रेड नूं नप्पे लाओ मैच चोटी दा दोहो टीमां दा अगली कबड्डी दीप साधा वाले दी टीम दा जो सामने खिडारी कबड्डी पा रहा है तार जाफी चंडियाणे दे देखते भी कि डौलों च किन्ना क दम है जे खाधी होवे खुराक तां रंग दिखाउंदी खाड़ियां ते जदो गभरू खेडण कबड्डी तां पैंदी धमक च वारियां ते लाओ मुकाबला दोहो खिडारियां दा खेड मैदान दे विच ते पॉइंट इह साधा वाले दे दीप दे हिस्से एडजस्ट हो चुके है और पॉइंट जिहड़ा इह साधा वाले दी टीम दा अमनदीप सिंह चल पई पक कबड्डी अगला कमेंटेटर सुनीर वी भाई ग्राउंड च मेरा वीर पहुंच जावे सुनीर वी अगला कमेंटेटर जय सिंह वाला ते अगला मैच मल्ले आने दा ए टीमां तैयारी खिच के ग्राउंड दे लागे आ जाण मल्ले आना ते जय सिंह वाला अमनदीप चंडियाणे दी टीम दा नौजवान सामने कबड्डी पा रहा चार जाफी
ਦੇਖਦੇ ਵੀ ਨੌਜਵਾਨ ਕਿਹੜਾ ਡੱਕੇਗਾ। ਫੜਿਆ ਹੋਇਆ ਗੁੱਟ, ਕੋਸ਼ਿਸ਼ ਕੀਤੀ ਜੱਫਾ ਲਾਉਣ ਦੀ, ਮੇਲੇ ਚੱਲਿਆ ਲਿਆ ਦੀ ਲਹਿੰਗਾ ਵੀ ਲੈ ਚੱਲ। ਉਦੋਂ ਅਗਲਾ ਮੈਚ ਮੱਲਿਆਣਾ ਤੇ ਜੈ ਸਿੰਘ ਵਾਲਾ, ਤੇ ਉਦੋਂ ਅਗਲਾ ਮੈਚ ਧੂਰਕੋਟ ਵਾਈਸ ਥੰਮਣ ਵਾਲਾ, ਰਸੂਲ ਕੌਰ ਵਾਈਸ ਘਲਕਲਾ, ਕਰਮਿੱਤੀ ਵਾਈਸ ਖਗਰਾਣਾ। ਤੇ ਇਹ ਸਾਰੀਆਂ ਟੀਮਾਂ ਤਿਆਰ ਬਹੁਤ ਰਹਿਣ, ਜਦੋਂ ਵੀ ਇਹਨਾਂ ਨੂੰ ਆਵਾਜ਼ ਦੇਵਾਂਗੇ ਸਿਰਫ ਅੱਧੇ ਮਿੰਟ ਦੇ ਵਿੱਚ ਵਿੱਚ ਐਂਟਰ ਹੋ ਜਾਣ ਗਰਾਊਂਡ ਦੇ ਵਿੱਚ ਆ ਗਏ। ਧੂਰਕੋਟ ਤੇ ਥੰਮਣ ਵਾਲਾ, ਇਹ ਵੀ ਟੀਮਾਂ ਤਿਆਰੀ ਖਿੱਚ ਲੈਣ। ਸਾਡੇ ਪ੍ਰਧਾਨ ਵਿੱਕੀ ਸੇਠ ਜੀ ਵੀ ਥੰਮਣ ਵਾਲੇ ਤੋਂ ਪੁੱਜੇ ਹੋਏ ਨੇ ਆਪਣੀ ਮਿੱਤਰ ਮੰਡਲੀ ਦੇ ਨਾਲ। ਬਾਈ ਜਗਸੀਰ ਸਿੰਘ ਜੀ ਸਭ ਦਾ ਬਹੁਤ ਬਹੁਤ ਧੰਨਵਾਦ। ਨਾਲ ਸਾਹਮਣੇ ਦੀਪ ਸਾਧਾਂ ਵਾਲੇ ਦੀ ਟੀਮ ਦਾ, ਤੇ ਮੁਕਾਬਲਾ ਬਿਲਕੁਲ ਸੈਂਟਰ ਲਾਈਨ ਤੇ ਸਖ਼ਤ ਦੋਹੋਂ ਖਿਡਾਰੀਆਂ ਦਾ। ਸਾਡੇ ਬੜੇ ਸਤਿਕਾਰਯੋਗ ਵੀਰ ਨੇ ਗੁਰਚਰਨ ਸਿੰਘ ਜੀ ਸੁਨੇਰ, ਪੰਜਾਬ ਦੀ ਬੁਲੰਦ ਆਵਾਜ਼, ਨਾਲ ਇਕਬਾਲ ਸਿੰਘ ਜੀ ਮਦੋ ਕੇ, ਜਿਹੜੀਆਂ ਵੀ ਟੀਮਾਂ ਤੇ ਬਹੁਤ ਬਹੁਤ ਧੰਨਵਾਦ। ਗਰਾਊਂਡ ਦੇ ਵਿੱਚ ਐਂਟਰ ਕਰਦੀਆਂ ਉਹ ਸਾਡੇ ਲਹਿੰਦੇ ਪਾਸੇ, ਇਧਰਲੇ ਪਾਸੇ ਗੇਟ ਬਣਿਆ ਹੋਇਆ, ਸਾਡੇ ਇੱਥੇ ਵੀਰ ਬੈਠੇ ਆ ਖਿਡਾਰੀਆਂ ਨੂੰ ਚੈੱਕ ਕਰਕੇ ਅੰਦਰ ਵੜਨ ਦਿੰਦੇ ਆ। ਸੋ ਕੋਈ ਵੀ ਖਿਡਾਰੀ ਹੋਰ ਕਿਸੇ ਪਾਸੇ ਦੀ ਵੀ ਐਂਟਰ ਨਾ ਹੋਵੇ, ਜੇ ਕੋਈ ਐਂਟਰ ਹੁੰਦਾ ਤਾਂ ਉਹਨੂੰ ਖੇਡਣ ਨਾ ਦਿੱਤਾ ਜਾਵੇ। ਠੀਕ ਆ ਜੀ, ਖਿਡਾਰੀਓ ਤੁਹਾਡੇ ਲਈ ਬੇਨਤੀ ਹੈ ਪ੍ਰਬੰਧਕਾਂ ਵੱਲੋਂ, ਜਿਸ ਸਾਈਡ ਤੇ ਗੇਟ ਛੱਡਿਆ ਗਿਆ ਸਾਰੀਆਂ ਟੀਮਾਂ ਦੇ ਖਿਡਾਰੀ ਇੱਧਰ ਦੀ ਐਂਟਰ ਕਰਨਗੇ। ਕਿਸੇ ਵੀ ਮੇਰੇ ਵੀਰ ਨੇ ਸਾਈਡ ਤੋਂ ਆਉਣ ਦੀ ਕੋਸ਼ਿਸ਼ ਨਹੀਂ ਕਰਨੀ। ਮੈਚ ਚੰਡਿਆਣਾ ਪੱਛਮੀ ਤੇ ਸਾਧਾਂ ਵਾਲੇ ਦੀਆਂ ਟੀਮਾਂ ਦਾ, ਅਗਲਾ ਮੈਚ ਮੱਲਿਆਣਾ ਤੇ ਜੈ ਸਿੰਘ ਵਾਲਾ। ਇਹ ਟੀਮਾਂ ਤਿਆਰੀ ਖਿੱਚ ਕੇ ਗਰਾਊਂਡ ਤੇ ਲਾਗੇ ਆ ਜਾਣ। ਥੰਮਣ ਵਾਲਾ ਤੇ ਧੂਰਕੋਟ, ਇਹ ਵੀ ਟੀਮ ਤਿਆਰੀ ਖਿੱਚ ਲਓ। ਜੈ ਸਿੰਘ ਵਾਲਾ ਤੇ ਮੱਲਿਆਣਾ, ਇਸ ਤੋਂ ਅਗਲਾ ਮੈਚ ਹੋਵੇਗਾ ਸਾਧਾਂ ਵਾਲੇ ਦੀ ਟੀਮ ਦਾ। ਰਾਜਵਿੰਦਰ ਸਿੰਘ ਨੌਜਵਾਨ ਖਿਡਾਰੀ ਸਾਹਮਣੇ ਕਬੱਡੀ ਪਾ ਰਿਹਾ ਹੈ। ਚਾਰ ਜਾਫੀ ਚੰਡਿਆਣੇ ਪਿੰਡ ਦੇ ਇਤਿਹਾਸਕ ਧਰਤੀ, ਦੇਖਦੇ ਵੀ ਨੌਜਵਾਨ ਕਿਹੜਾ ਜਾਫੀ ਡੱਕੇਗਾ। ਰਾਜਵਿੰਦਰ ਸਾਧਾਂ ਵਾਲੇ ਦੀ ਟੀਮ ਦਾ ਜੋ ਕਬੱਡੀ ਪਾਉਂਦਾ ਹੋਇਆ, ਪੁਆਇੰਟ ਦੇਖਦੇ ਵੀ ਕਿਹੜੇ ਖਿਡਾਰੀ ਦੇ ਹਿੱਸੇ ਆਉਣਾ ਹੈ। ਮੁਕਾਬਲਾ ਦੋਹੋਂ ਖਿਡਾਰੀਆਂ ਦਾ ਲੱਗਿਆ ਹੋਇਆ ਜ਼ੋਰ ਅੱਡੀ ਚੋਟੀ ਦਾ, ਖੇਡ ਮੈਦਾਨਾਂ ਦੇ ਵਿੱਚ ਇਸ ਵਕਤ ਦੇਖਦੇ ਵੀ ਸਮੇਂ ਦੀਆਂ ਬਾਤਾਂ। ਇਹ ਜਾਫਾ ਦੇ ਟੂਰਨਾਮੈਂਟ ਨੂੰ ਜ਼ਿਲ੍ਹਾ ਵੀਰਾਂ ਨੇ ਸੰਯੋਗ ਦਿੱਤਾ 2000 ਤੋਂ 3500 ਰੁਪਏ ਤੱਕ। ਸਰਦਾਰ ਨਰਮਲ ਸਿੰਘ ਚਾਨਾ, ਚਾਨਾ ਸੀਮੈਂਟ ਸਟੋਰ, ਉਹਨਾਂ ਦੇ ਘਰ ਦਾ ਕੋਈ ਵੀ ਮੈਂਬਰ ਹੈ ਇੱਥੇ ਤਾਂ ਸਟੇਜ ਤੋਂ ਆ ਕੇ ਆਪਦਾ ਸਨਮਾਨ ਚਿੰਨ੍ਹ ਲੈ ਜਾਣਾ। ਸਰਦਾਰ ਨਰਮਲ ਸਿੰਘ ਚਾਨਾ, ਚਾਨਾ ਸੀਮੈਂਟ ਸਟੋਰ। ਇਕਬਾਲ ਸਿੰਘ ਜੀ ਸਟੇਜ ਤੇ ਪ੍ਰਬੰਧਕਾਂ ਨਾਲ ਸੰਪਰਕ ਕਰ ਲਓ। ਸਾਡੇ ਰੈਫਰੀ ਵੀਰ ਪੁੱਜੇ ਹੋਏ ਨੇ ਜਿਨ੍ਹਾਂ ਦੀਆਂ ਡਿਊਟੀਆਂ ਸਾਰਾ ਦਿਨ ਸੇਵਾਵਾਂ ਹੋਣਗੀਆਂ ਟੂਰਨਾਮੈਂਟ ਕਮੇਟੀ ਦੇ ਲਈ। ਅਮਨਦੀਪ ਸਿੰਘ ਪੁਆਇੰਟ ਲੀਡਰ ਦੇ ਹਿੱਸੇ, ਚੰਡਿਆਣੇ ਦੀ ਟੀਮ ਦੇ ਹਿੱਸੇ ਜੁੜ ਚੁੱਕੇ ਆ। ਦੀਪ ਅਗਲੇਰੀ ਕਬੱਡੀ ਪਾਉਂਦਾ ਹੋਇਆ, ਸਬਰ ਸਿੰਘ ਟੋਲੀ ਨਾਲ, ਤੂੰ ਸ਼ੇਰ ਪੰਜਾਬ ਦੇ ਆ, ਕਰ ਕਰ ਪਹੁੰਚੇ ਮਹਿਕ ਤੇਰੀ ਫੁੱਲ ਗੁਲਾਬ ਦੇ ਆ, ਮਿੱਟੀ ਚੁੱਕ ਚੁੱਕ ਮੱਥੇ ਨੂੰ ਲਾਉਣਗੇ ਤੇਰੀਆਂ ਰਾਵਾਂ ਦੀ, ਪੁੱਤ ਬਹਾਦਰ ਕੁੱਖ ਸਫਲ ਕਰ ਜਾਂਦੇ ਮਾਵਾਂ ਦੀ। ਲਓ ਮੁਕਾਬਲਾ ਦੋਹੋਂ ਖਿਡਾਰੀਆਂ ਦਾ, ਸਤ ਦੇਖਦੇ ਵੀ ਫੜਿਆ ਹੋਇਆ ਗੁੱਟ ਤੇ ਜੱਫਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਨੌਜਵਾਨ ਜਾਫੀ ਦੇ ਵੱਲੋਂ। ਇਹ ਚੰਡਿਆਣ ਦੀ ਥੰਮਣ ਤੋਂ ਪਹੁੰਚਿਆ ਵਿੱਕੀ ਪ੍ਰਧਾਨ, ਉਹ ਮੇਰਾ ਵੀਰ ਸਟੇਜ ਤੇ ਜਾ ਕੇ ਕੁਰਸੀ ਲੈਣ ਤੇ ਮੈਚ ਦਾ ਆਨੰਦ ਮਾਣਨ। ਸਰਦਾਰ ਵਿੱਕੀ, ਜੈ ਸਿੰਘ ਵਾਲਾ ਤੇ ਮੱਲਿਆਣੇ ਦੀਆਂ ਟੀਮਾਂ ਤਿਆਰੀ ਖਿੱਚ ਕੇ ਗਰਾਊਂਡ ਦੇ ਲਾਗੇ ਆ ਜਾਣ। ਮੱਲਿਆਣਾ ਤੇ ਜੈ ਸਿੰਘ ਵਾਲਾ, ਸਾਡੇ ਵਿੱਕੀ ਸੇਠ ਜੀ ਥੰਮਣ ਵਾਲੇ, ਬੇਨਤੀ ਹੈ ਪ੍ਰਬੰਧਕਾਂ ਵੱਲੋਂ ਸਟੇਜ ਤੇ ਚਲੇ ਜਾਣ ਜੋ ਸਾਡੇ ਇਸ ਇਲਾਕੇ ਦੀਆਂ ਬੜੀਆਂ ਮਾਨਯੋਗ ਸ਼ਖਸੀਅਤਾਂ ਨੇ। ਤਾਂ ਸਾਹਮਣੇ ਫਿਰ ਮੁਕਾਬਲਾ ਭਰੀ ਹੋਈ ਖੁੱਚ ਨੌਜਵਾਨ ਜਾਫੀ ਨੇ, ਇਹ ਸਾਧਾਂ ਵਾਲੇ ਦੀ ਟੀਮ ਦਾ ਜਾਫੀ, ਤੇ ਦੂਸਰੇ ਬੰਨੇ ਦੇਖਦੇ ਵੀ ਅਮਰਜੀਤ ਸਿੰਘ ਚੰਡਿਆਣੇ ਦੀ ਟੀਮ ਦਾ ਜੋ ਇਸ ਵਕਤ ਕਬੱਡੀ ਪਾ ਰਿਹਾ ਹੈ। ਮਹਾਂਬਲੀ ਰਣਬੀਰ ਸੂਰਮੇ ਤਾਜਾ ਵਾਲੇ, ਮਿੱਟੀ ਦੇ ਨਾਲ ਮਿੱਟੀ ਹੋ ਕੇ ਕਿਤੇ ਨੀ ਲੱਭਦੇ ਪਾਲੇ, ਸਰਵਕਲਾ ਸਮਰੱਥ ਕਹਾਉਂਦੇ ਅੰਤ ਹਾਰ ਗਏ ਬਾਜੀ, ਪਤਾ ਨੀ ਰੱਬ ਕਿਹੜਿਆਂ ਰੰਗਾਂ ਦੇ ਵਿੱਚ ਰਾਜੀ, ਪਤਾ ਨੀ ਰੱਬ ਕਿਹੜਿਆਂ ਰੰਗਾਂ ਦੇ ਵਿੱਚ ਰਾਜੀ। ਅੱਜ ਰੌਣਕਾਂ ਪੰਜਾਬੀਆਂ ਦੀ ਮਾਂ ਖੇਡ ਕਬੱਡੀਆਂ, ਖੁਖਰਾਣਾ ਮਸ਼ਹੂਰ ਨਗਰ ਹੈ ਕਬੱਡੀ ਖਿਡਾਰੀਆਂ ਦੀ ਧਰਤੀ ਮੇਰੇ ਵੀਰੋ, ਜਿੱਥੇ ਸਾਡੇ ਸਾਰੇ ਪੁਰਾਣੇ ਕਬੱਡੀ ਖਿਡਾਰੀਆਂ ਦਾ ਸਨਮਾਨ ਕੀਤਾ ਜਾਂਦਾ ਟੂਰਨਾਮੈਂਟ ਕਮੇਟੀ ਦੇ ਵੱਲੋਂ, ਔਰ ਨਾਲ ਸੁਖਮੰਦਰ ਸਿੰਘ ਹੋਣਾ ਵੱਲੋਂ ਬੱਬੂ ਤੇ ਖੀਰੇ ਦਾ ਜਿਹੜਾ ਸਨਮਾਨ ਹੋਵੇਗਾ। ਸਰਦਾਰ ਹਰਦੇਵ ਸਿੰਘ, ਸਾਨਵਾ ਸਰਦਾਰ ਹਾਕਮ ਸਿੰਘ, ਉਹ ਸਟੇਜ ਤੇ ਆ ਕੇ ਆਪਦਾ ਸਨਮਾਨ ਚਿੰਨ੍ਹ ਲੈ ਲੈਣਾ। ਸਰਦਾਰ ਹਰਮੇਲ ਸਿੰਘ ਸਾਨਵਾ, ਸਰਦਾਰ ਹਾਕਮ ਸਿੰਘ, ਉਹਨਾਂ ਦੇ ਘਰ ਦਾ ਕੋਈ ਵੀ ਮੈਂਬਰ ਇੱਥੇ ਮੌਜੂਦ ਆ ਤਾਂ ਸਟੇਜ ਤੋਂ ਆ ਕੇ ਆਪਦਾ ਸਨਮਾਨ ਚਿੰਨ੍ਹ ਲੈ ਲੈਣਾ। ਅਮਨਦੀਪ ਚੰਡਿਆਣੇ ਦੀ ਟੀਮ ਦਾ ਲੋ ਸਾਹਮਣੇ ਕਬੱਡੀ ਪਾ ਰਿਹਾ ਹੈ, ਚਾਰ ਜਾਫੀ ਸਾਧਾਂ ਵਾਲੇ ਪਿੰਡ ਦੇ ਹੈ, ਤੇ ਦੇਖਦੇ ਵੀ ਲੋਹੇ ਵਰਗੇ ਪੱਟਾਂ ਦੇ ਉੱਤੇ ਮਾਰਨ ਪੋਲੀ ਥਾਪੀ, ਇੱਕ ਪਾਸੇ ਆ ਧਾਵੀ ਕੱਲਾ, ਦੂਜੇ ਪਾਸੇ ਚਾਰੇ ਜਾਫੀ, ਪਤਾ ਲੱਗਦਾ ਵਿੱਚ ਮੈਦਾਨੇ ਜਦੋਂ ਹੱਥ ਜੁੜਦੇ ਨਾਲ ਬਗਾਨੇ, ਯਾਰ ਖੁਰਾਕਾਂ ਖਾਧੀਆਂ ਦੇ, ਕੌਡੀ ਕੌਡੀ ਕਰਦੇ ਫਿਰਦੇ ਪੁੱਤ ਪੰਜਾਬੀਆਂ ਦੇ, ਕੌਡੀ ਕੌਡੀ ਕਰਦੇ ਫਿਰਦੇ ਪੁੱਤ ਪੰਜਾਬੀਆਂ ਦੇ। ਦੀਪ ਸਾਧਾਂ ਵਾਲੀ ਟੀਮ ਦਾ ਜੋ ਅੱਗੇ ਵੱਧ ਚੁੱਕਿਆ ਨੌਜਵਾਨ ਖਿਡਾਰੀ, ਕਬੱਡੀ ਪੈ ਚੁੱਕੀ ਹੈ, ਚਾਰ ਜਾਫੀ ਨੇ ਚੰਡਿਆਣੇ ਪਿੰਡ ਦੇ।
देखते विक्की दे दौड़ च कि दम है नौजवान कि डाके दिखावेगा मुकाबला चोटी का खेड जा रहा है परी हुई खुच से जफा लाने की कोशिश की नौजवान ने मूहरे सिट के किकर का चाफा गबरू ने रेल रोक लिया सरदार अतर सिंह सरदार जीत सिंह मैच समाप्त दो टीम का मल्ले आना साधा वाला सॉरी मल्ले आना जय सिंह वाला सरदार अतर सिंह सानवो सरदार जीत सिंह उन्होंने घर का कोई भी मैंबर इतने मौजूद है तो उस स्टेज तो आके अपना समान चैन लै लैन चंडियाने की टीम के पॉइंट 16 ते साधा वाले के पॉइंट 11.5 चंडियाने की टीम इस मैच के जेतू रही है प्रसिद्ध बुलारा बहुत बहुत धन्यवाद गुरचरण सिंह जी सुनेर मल्लेआणा वर्सेज जय सिंह वाला दोवें टीमां ग्राउंड पहुंचण जी इस तों अगला धूरकोट वर्सेज थम्मण वाला ए टीम तैयार रहे जी हेलो 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 वाहेगुरु जी का खालसा श्री वाहेगुरु जी की फतेह ये धरत माल